ਲੱਗਦੀ ਫਰਨਾ ਗੱਡੀ ਜੋ ਸ਼ਹਿਰ ਵੱਲੋਂ ਗੜਾ ਰੋਡ ਜਾ ਰਹੀ ਗੱਡੀ ਓਵਰ ਕੰਟਰੋਲ ਹੋ ਕੇ ਜਾਂਦੀ ਜਾਂਦੀ ਦੁਕਾਨ ਵਿੱਚ ਜਾ ਵੜੀ। ਕਈ ਸਬਜ਼ੀ ਦੀਆਂ ਰੇੜੀਆਂ ਅਤੇ ਆਂਡੇ ਦੀਆਂ ਰੇੜੀਆਂ ਦੀ ਭੰਨ ਤੋੜ ਕਰਦੀ ਹੋਈ ਕਰਿਆਨੇ ਦੀ ਦੁਕਾਨ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਦੋ ਔਰਤਾਂ ਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀਆਂ ਦੇ ਨਾਂ ਸੋਮਨਾਲ ਪੁੱਤਰ ਨਿੱਕੂ ਰਾਮ ਵਾਸੀ ਫਲੌਰ, ਜੋਗਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਗੜਾ ਫਲੌਰ, ਕਮਲੇਸ਼ ਪਤਨੀ ਹਰਵੰਸ ਫਲੌਰ। ਲੋਕਾਂ ਦੀ ਮਦਦ ਨਾਲ ਇਹਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਲੌਰ ਇਲਾਜ ਲਈ ਪਹੁੰਚਾਇਆ ਗਿਆ। ਦੁਕਾਨਦਾਰ ਤੇ ਮਾਲਕ ਹਰਦੇਵ ਕੁਮਾਰ ਨੇ ਦੱਸਿਆ, ਅਸੀਂ ਆਪਣੀਆਂ ਦੁਕਾਨਾਂ ਖੋਲ੍ਹ ਕੇ ਖੜੇ ਸੀ, ਉਧਰੋਂ ਚਿੱਟੇ ਰੰਗ ਦੀ ਗੱਡੀ ਸਾਡੇ ਵਿੱਚ ਆ ਕੇ ਵੱਜੀ, ਸਾਡਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਗੱਡੀ ਚਾਲਕ ਗੜੇ ਦਾ ਰਹਿਣ ਵਾਲਾ ਹੈ। ਗੱਡੀ ਦੇ ਮਾਲਕ ਅਮਿਤ ਨੇ ਦੱਸਿਆ, ਸਾਹਮਣੇ ਛੋਟਾ ਹਾਥੀ ਖੜਾ ਹੋਣ ਕਾਰਨ ਤੇ ਦੂਜੇ ਪਾਸਿਓਂ ਐਕਟਿਵਾ ਆ ਗਈ, ਉਸ ਨੂੰ ਬਚਾਉਂਦੇ ਹੋਏ ਗੱਡੀ ਓਵਰ ਕੰਟਰੋਲ ਹੋ ਕੇ ਦੁਕਾਨ ਵਿੱਚ ਜਾ ਵੜੀ। ਐਕਸੀਡੈਂਟ ਦੀ ਜਗ੍ਹਾ ਤੇ ASI ਸੁਭਾਸ਼ ਨੇ ਮੌਕਾ ਦੇਖਿਆ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ਜਾਂਚ ਕਰ ਰਹੇ ਹਾਂ, ਗੱਡੀ ਚਾਲਕ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਹਰਦੇਵ ਕੁਮਾਰ ਮੇਰਾ ਨਾਂ ਆ। ਇੱਥੇ ਮੇਰੀ ਰੇਹੜੀ ਲੱਗੀ ਹੋਈ ਸੀਗੀ ਆਹ ਆਂਡਿਆਂ ਵਾਲੀ, ਅਤੇ ਉੱਥੇ ਬੈਠਾ ਮੈਂ ਚਾਹ ਪੀਂਦਾ ਪਿਆ ਸੀਗਾ। ਇਹ ਗੱਡੀ ਉੱਧਰੋਂ ਆਈ ਆ ਸਿੱਧੀ, ਪਹਿਲਾਂ ਉੱਧਰਲੇ ਪਾਸੇ ਐਕਟਰ ਆਈ, ਜਿਹ 'ਚ ਵੱਜਣ ਲੱਗੀ ਪਤਾ ਵੱਜ ਵੀ ਗਈ ਆ। ਉੱਥੋਂ ਸਿੱਧੀ ਇਹਦੇ ਕੋਲ ਸੰਭਾਲ ਲਈ ਹੋਈ, ਬੰਦੇ ਸਿੱਧੀ ਸਿੱਧੀ ਆ ਗਏ, ਆਹ ਵੱਜੀ ਆ। ਆਹ ਮੇਰਾ ਕੋਂਟਰ ਕੋਂਟਰ ਸਾਰਾ ਹੀ ਆਹ ਜਿਹੜਾ ਇੱਥੇ ਲੱਗਦਾ ਸੀ ਸਾਰਾ ਇੱਧਰ ਨੂੰ ਆ ਖਿਲਾਰ ਦਿੱਤਾ। ਆਹ ਸਾਰੇ ਜਿੰਨੇ ਆ ਰੈਕ ਰੂਕ ਸਾਰਾ ਕੁਛ ਤੋੜ ਦਿੱਤਾ। ਕਿਸੇ ਦਾ ਮੋਟਰਸਾਈਕਲ ਸੀ ਸੌਦਾ ਲੈਣਾ ਇੱਧਰ ਦੁਕਾਨ ਤੋਂ ਕਰਿਆਨੇ ਵਾਲੀ ਤੋਂ, ਆਹ ਵੀ ਤੋੜ ਦਿੱਤਾ। ਉਹਨਾਂ ਦੇ ਵੀ ਸੱਟਾਂ ਸੁੱਟਾਂ ਲੱਗੀਆਂ। ਗੱਡੀ ਇੱਧਰੋਂ ਆ ਰਹੀ ਸੀ ਜੀ। ਸਾਡੇ ਕੋਲ ਦੇਖ ਹੀ ਨਹੀਂ ਹੋਇਆ ਬੰਦਾ, ਅਸੀਂ ਤਾਂ ਆਪਣੇ ਇੱਧਰ ਆਪਣੀ ਹਾਂ ਬੰਦਿਆਂ ਦੇ ਸੱਟਾਂ ਲੱਗੀਆਂ ਲੈ ਕੇ ਗਏ ਆ। ਹਾਂਜੀ ਹਾਂਜੀ ਲੱਗੀ ਗਈ। ਮੈਂ ਜੀ ਇੱਥੇ ਰੇਹੜੀ ਸ਼ਾਮ ਨੂੰ ਆਂਡਿਆਂ ਦੀ ਲਾ ਲੈਂਦਾ, ਬਹਿਰਾਗਿਰੀ ਦਾ ਕੰਮ ਕਰਦਾ ਹਾਂ। ਆਹ ਰੇਹੜੇ ਦੁਕਾਨ ਆ ਘਰਦੇ ਜਦੋਂ ਨਹੀਂ ਹੁੰਦਾ ਇਸ ਵੇਲੇ ਸ਼ਾਮ ਨੂੰ ਆਂਡਿਆਂ ਦੀ ਰੇਹੜੀ ਲਾ ਲਈਦੀ ਆ। ਭਾਅ ਜੀ ਨਾਮ ਮੇਰਾ ਅਮਿਤ ਆ ਅਤੇ ਮੈਂ ਸ਼ਹਿਰ ਤੋਂ ਆ ਰਿਹਾ ਸੀਗਾ ਸਮਾਨ ਲੈ ਕੇ, ਫੈਮਿਲੀ ਦੇ ਨਾਲ ਆ ਰਿਹਾ ਸੀਗਾ ਜੀ। ਕੀ ਹੋਇਆ? ਉਹ ਭਾਅ ਜੀ ਉੱਥੇ ਨਾ ਉਹ ਛੋਟਾ ਹਾਥੀ ਇੱਦਾਂ ਖੜਾ ਸੀਗਾ ਇੱਕ, ਅਤੇ ਉਹ ਗੱਡੀ ਜਦੋਂ ਇੱਦਾਂ ਲੰਘਾਈ ਉਹ ਮੋਹਰੇ ਦੀ ਸਕੂਟਰੀ ਇੱਦਾਂ ਮੋਹਰੇ ਆ ਗਈ ਅਚਾਨਕ, ਉਹਨੂੰ ਬਚਾਉਂਦੇ ਬਚਾਉਂਦੇ ਗੱਡੀ ਜਿੱਦਾਂ ਅੱਗੇ ਕੰਧ ਵਿੱਚ ਵੱਜ ਗਈ ਜਾ ਕੇ, ਅਤੇ ਉਹਦੇ ਨਾਲ ਉਹ ਆਂਡੇ ਉਂਡੇ ਵਾਲੀ ਜੀ ਰੇਹੜੀ ਸੀਗੀ, ਤਾਂ ਉਹਦੇ ਨਾਲ ਦੋ ਤਿੰਨ ਕਸਟਮਰ ਸੀਗੇ ਉਹਨਾਂ ਦੇ, ਤਾਂ ਉਹਨਾਂ ਦੇ ਸੱਟ ਲੱਗ ਗਈ ਉਹਦੇ ਵਿੱਚ ਵੱਜ ਕੇ ਨਾਲ ਹੀ। ਕਿਤੇ ਗੱਡੀ ਓਵਰ ਕੰਟਰੋਲ ਹੋ ਗਈ ਕਿੱਦਾਂ ਹੋਇਆ? ਗੱਡੀ ਜਦੋਂ ਜਿੱਦਾਂ ਸਕੂਟਰੀ ਜਿੱਦਾਂ ਮੋਹਰੇ ਆਈ ਜਦੋਂ ਉਹ ਜਦੋਂ ਜਿੱਦਾਂ ਆਪਾਂ ਮੋਹਰੇ ਆਈ ਓਵਰ ਕੰਟਰੋਲ, ਐਕਸਲੇਟਰ ਦੇ ਬ੍ਰੇਕ ਦੀ ਜਗ੍ਹਾ ਐਕਸਲੇਟਰ ਤੇ ਪੈਰ ਰੱਖ ਹੋ ਗਿਆ ਨਾਲ। ਨਹੀਂ ਮੇਰੇ ਨਹੀਂ, ਮੰਮਾ ਦੇ ਸੱਟ ਲੱਗੀ ਆ ਨਾਲ। ਹਾਂਜੀ ਐਡਮਿਟ ਨੇ ਉਹ ਵੀ ਹੋਸਪਿਟਲ ਵਿੱਚ। ਮੈਂ ਮੌਕੇ 'ਤੇ ਪਹੁੰਚਿਆ, ਪਰ ਜਿਹੜੇ ਡਰਾਈਵਿੰਗ ਕਰ ਰਿਹਾ ਕਾਰ ਵਾਲਾ ਬਰਨਾ ਕਾਰ ਵਾਲਾ, ਉਹ ਸਿਵਲ ਹਸਪਤਾਲ ਚਲ ਗਿਆ। ਮੈਂ ਉੱਥੇ ਜਾ ਕੇ ਦੇਖਦਾ ਮੈਂ ਕਿੰਨੀਆਂ ਕੁ ਸੱਟਾਂ ਲੱਗੀਆਂ। ਬਾਕੀ ਇਹ ਗੱਡੀ ਜਿਹੜੀ ਆ ਟਾਇਰ ਮੇਰੇ ਖਿਆਲ ਇਹਦਾ ਹੋ ਗਿਆ ਪੈਂਚਰ ਹੋ ਗਿਆ, ਉਹਦੇ ਹਿਸਾਬ ਨਾਲ ਬੇਕਾਬੂ ਹੀ ਹੋ ਗਿਆ। ਹਾਂ ਮੈਂ ਇਸ ਸੰਬੰਧ 'ਚ ਸਿਵਲ ਹਸਪਤਾਲ ਜਾਊਂਗਾ, ਸਿਵਲ ਹਸਪਤਾਲ ਜਾ ਕੇ ਦੇਖਦਾ ਮੈਂ ਕੀ ਗੱਲ। ਨੁਕਸਾਨ ਕੰਧ ਹੋਇਆ, ਬਾਕੀ ਆਹ ਕੁਰਸੀ ਵਗੈਰਾ ਵੀ ਟੁੱਟ ਗਈ ਆ, ਬੰਦੇ ਦੇ ਵੀ ਥੋੜ੍ਹੀ ਸੱਟਾਂ ਜਿਹੀਆਂ ਲੱਗੀਆਂ।